ਅੱਜ ਕਿਹੜੇ ਕਿਹੜੇ ਫਾਲੇ ਲੈ ਕੇ ਆਏ ਹੋ ਬਾਈ ਜੀ ਇੱਥੇ ਮੇਲੇ ਤੇ ਫਾਲੇ ਬਾਈ ਜੀ ਆ ਤਾਂ ਹੈਗਾ ਜੀ ਤੋਤੇ ਹਲਾਂ ਦਾ ਜੀ ਜਿਹੜੇ ਲੋਕਲ ਤੋਤੇ ਹਲ ਬਣਦੇ ਉਹਨਾਂ ਦਾ ਜੀ ਤੇ ਆ ਜਿਹੜੇ ਸੰਗੜੀਏ ਤੋਂ ਜਿਵੇਂ ਪੂਰ ਸਿੰਘ ਦੇ ਆਮ ਜਿਹੜੇ ਸਾਧੂ ਸਿੰਘ ਦੇ ਬਣਦੇ ਹਲ ਉਹਨਾਂ ਵਾਸਤੇ ਆ ਚੁੰਝੂ ਬਣਦੇ ਜਿਹੜੇ ਹਾਂਜੀ ਚੁੰਝੂ ਬਣਦੇ ਉਹਨਾਂ ਵਾਸਤੇ ਠੀਕ ਹੈ ਜੀ ਹਾਂਜੀ ਇਹਨਾਂ ਦੇ ਸਾਈਡ ਤੇ ਕਮਾਣੀ ਲੱਗੀ ਹੁੰਦੀ ਹੈ ਜੀ ਆਵੇ ਜੀ ਠੀਕ ਹੈ ਜੀ ਜਿਹਦੇ ਨਾਲ ਟਰੈਕਟਰ ਲੋਡ ਵੀ ਕੱਟ ਲੈਂਦਾ ਤੇ ਸੱਬਲਾਂ ਦੇ ਡੰਗ ਵੀ ਜ਼ਿਆਦਾ ਚੱਲਦੇ ਆ ਡੀਜ਼ਲ ਖਰਚਾ ਵੀ ਘਟਦਾ ਡੀਜ਼ਲ ਖਰਚਾ ਘਟਦਾ ਜੀ ਡੀਜ਼ਲ ਖਰਚਾ ਕੀ ਰੇਟ ਰਹਿੰਦਾ ਇਹਨਾਂ ਦਾ ਇਹ 350 ਰੁਪਏ ਦਾ ਇੱਕ ਪੈਂਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਜੀ ਇਸ ਤੋਂ ਬਾਅਦ ਜੀ ਆ ਜਿਹੜੇ ਕਲਟੀਵੇਟਰ ਦੇ ਆਮ ਫਾਲੇ ਹੁੰਦੇ ਆ ਜੀ ਇਹ 3300 ਰੁਪਏ ਦੇ ਹੁੰਦੇ ਆ ਜੀ ਇਹ 11 ਦਾ ਸੈੱਟ 11 ਦਾ ਸੈੱਟ ਜੀ ਠੀਕ ਆ ਇਹਦੇ ਨਾਟ ਵਗੈਰਾ ਵੀ ਨਾਲ ਇਹਦੇ ਨਾਟ ਵਿੱਚ ਹੁੰਦੇ ਆ ਜੀ 3300 ਰੁਪਏ 3300 ਰੁਪਏ ਦੇ ਵਿੱਚ ਜੀ ਠੀਕ ਹੈ ਜੀ ਹਾਂਜੀ ਆ ਜਿਵੇਂ ਕਬੂਲ ਸ਼ਾਹ ਦੇ ਹਾਲ ਬਣਦੇ ਇਹਨਾਂ ਦਾ ਦੂਸਰਾ ਕਫਾਲਾ ਹੁੰਦਾ ਜੀ ਇਹ ਅੱਡ ਹੁੰਦਾ ਸਪੈਸ਼ਲ ਜੀ ਹਾਂਜੀ ਇਹਦਾ ਕੀ ਰੇਟ ਰਹਿੰਦਾ ਜੀ ਦੋ ਫਲਾਂ ਵਾਲੇ ਦਾ 3300 ਦਾ ਹੀ ਫਲਾ ਹੁੰਦਾ ਜੀ 300 ਦਾ ਇਹਦੇ ਵੀ ਨਾਟ ਵਿੱਚ ਹੀ ਹੁੰਦੇ ਜੀ ਹਾਂਜੀ ਹਾਂਜੀ ਤੇ ਆ ਜਿਹੜੇ ਜ਼ਿਮੀਦਾਰ ਨਰਮੇ ਦੀ ਖੇਤੀ ਕਰਦੇ ਆ ਜੀ ਇਹ ਉਹਨਾਂ ਵਾਸਤੇ ਹੁੰਦਾ ਜੀ ਜੀ ਸੀਲਰ ਫਲਾ ਬੋਲਦੇ ਇਹਨੂੰ ਇਹਦਾ ਕੀ ਰੇਟ ਰਹਿੰਦਾ ਜੀ ਇਹ ਜੀ ਮਤਲਬ 2200 ਰੁਪਏ ਦੇ ਹੁੰਦੇ ਆ ਨਾਟਾਂ ਸਣੇ ਠੀਕ ਹੈ ਸੈਟ ਹੁੰਦਾ ਜੀ 9 ਦਾ ਜੀ ਇਹਦੇ ਵੀ ਨਾਟ ਵਗੈਰਾ ਨਾਲ ਹੀ ਹੁੰਦੇ ਆ ਇਹ ਨਾਟ ਨਾਲ ਹੁੰਦੇ ਆ ਜੀ ਠੀਕ ਹੈ ਜੀ ਹਾਂਜੀ ਤੇ ਜੇ ਆਪਾਂ ਦੇਖੀਏ ਕਿ ਨਾ ਕਾਫੀ ਬਾਈ ਪਿਛਲੀ ਵੀਡੀਓ ਦੇ ਵਿੱਚ ਲੋਕਾਂ ਦਾ ਜਿਹੜੇ ਕਮੈਂਟ ਆਏ ਸੀਗੇ ਕਿ ਰੇਟ ਜ਼ਿਆਦਾ ਆਮ ਫਾਲਿਆਂ ਨਾਲੋਂ ਇਹਦਾ ਕੀ ਕਾਰਨ ਆ ਕੋਈ ਕੁਆਲਿਟੀ ਚੰਗੀ ਹੁੰਦੀ ਹੈ ਜਾਂ ਕੋਈ ਹੈਵੀ ਹੁੰਦਾ ਮਟੀਰੀਅਲ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਾਈ ਤੁਸੀਂ ਬਾਈ ਜੀ ਰੇਟ ਜੇ ਅੱਜ ਘੱਟ ਰੇਟ ਨਾਲ ਆਪਾਂ ਦਿੰਨੇ ਆ ਕੁਆਲਿਟੀ ਮਾੜੀ ਕਰਦੇ ਆ ਤਾਂ ਫਿਰ ਜ਼ਿਮੀਦਾਰ ਭਰਾਵਾਂ ਨੂੰ ਲੈਣ ਦਾ ਫਾਇਦਾ ਨਹੀਂ ਆ ਜੀ ਜੇ ਆਪਾਂ ਹਾਂਜੀ ਜੇ ਆਪਾਂ ਦੂਜੇ ਦਾ ਦੂਜੇ ਫਾਲਿਆਂ ਦਾ ਕੰਪੈਰੀਜ਼ਨ ਕਰੀਏ ਬਾਈ ਕਿੰਨਾ ਟਾਈਮ ਵੱਧ ਚੱਲਦੇ ਇਹ ਫਾਲੇ ਉਹਨਾਂ ਨਾਲੋਂ ਬਾਈ ਦੁੱਗਣੇ ਚੱਲਦੇ ਆ ਦੁੱਗਣੇ ਚੱਲਦੇ ਆ ਦੁੱਗਣੇ ਤੋਂ ਵੀ ਜ਼ਿਆਦਾ ਚੱਲਦੇ ਆ ਕੋਈ ਐਂ ਤਾਂ ਨਹੀਂਗਾ ਵੀ ਜਿਵੇਂ ਮੁੜ ਜਾਂਦੀ ਆ ਕੋਈ ਮੂਰੇ ਡਲਾ ਆ ਜਾਂ ਕੋਈ ਨਾ ਤਾਂ ਇਸ ਤਰ੍ਹਾਂ ਦੀ ਤਾਂ ਸ਼ਿਕਾਇਤ ਆਉਂਦੀ ਮੁੜਨ ਦੀ ਵੀ ਗਰੰਟੀ ਆ ਨਾ ਤਾਂ ਮੁੜੇ ਨਾ ਇਹ ਟੁੱਟੇ ਜੀ ਮਜ਼ਬੂਤ ਬਹੁਤ ਹੁੰਦਾ ਜੀ ਠੀਕ ਆ ਜੀ ਹਾਂਜੀ ਤੇ ਜੇ ਕੋਈ ਆਪਣਾ ਭਰਾ ਘਰੇ ਵੀ ਮੰਗਾਉਣਾ ਚਾਹੁੰਦਾ ਹੋਵੇ ਘਰੇ ਭੇਜ ਦਿੰਨੇ ਹਾਂ ਘਰੇ ਭੇਜ ਦਿੰਨੇ ਜੀ ਠੀਕ ਆ ਜੀ ਤੇ ਉਹਦੀ ਪੇਮੈਂਟ ਕਿਸ ਤਰ੍ਹਾਂ ਕੋਈ ਸਾਨੂੰ ਫੋਨ ਪੇ ਹੋ ਜਾਂਦੀ ਆ ਜੀ ਫੋਨ ਪੇ ਗੂਗਲ ਪੇ ਜਿਵੇਂ ਹੀ ਅਗਲਾ ਕਰ ਸਕਦਾ ਠੀਕ ਆ ਜੀ ਹਾਂਜੀ ਜੇ ਆਪਾਂ 11 ਹਾਲਾਂ ਦਾ ਬਾਈ ਜੀ weight ਦੀ ਗੱਲ ਕਰੀਏ ਕਿੰਨਾ weight ਹੁੰਦਾ ਇਹਨਾਂ ਦਾ 11 ਫਾਲਿਆਂ ਦਾ ਇਹਨਾਂ ਦਾ 16.5 ਕਿਲੋ weight ਹੁੰਦਾ ਜੀ ਜੀ ਹਾਂਜੀ ਤੇ ਦੂਸਰਿਆਂ ਦਾ ਜਿਹੜੇ ਆਹ ਚੁੰਝੂਆਂ ਦਾ ਆ ਜਾਂਦਾ ਏ ਹਾਂਜੀ ਚੁੰਝੂ ਦਾ ਵੀ ਮਤਲਬ ਇਹਦਾ 1.5 ਕਿਲੋ ਦਾ ਇੱਕ ਫਾਲਾ ਬਣਦਾ ਜੀ ਇਹ ਠੀਕ ਹੈ ਜੀ ਹਾਂਜੀ ਇਹ ਤੁਸੀਂ ਆਪ ਹੀ ਤਿਆਰ ਕਰਦੇ ਹੋ ਬਾਈ ਕਿ ਬਣੇ ਬਣਾਏ ਲੈ ਕੇ ਆਉਂਦੇ ਨਹੀਂ ਆਪਣੀ ਆਪ ਦੀ ਵਰਕਸ਼ਾਪ ਆ ਜੀ ਗੰਗਾ ਨਗਰ ਕਰਨਪੁਰ ਰੋਡ ਤੇ ਮੁਕੰਦ ਕੋਠੇ ਵਾਲੇ ਦੇ ਨਾਂ ਤੇ ਜੀ ਹਾਂਜੀ ਕਿੰਨੇ ਟਾਈਮ ਦਾ ਤਜਰਬਾ ਬਾਈ ਜੀ ਬਾਈ ਜੀ ਮੇਰਾ ਸੀਲਰ ਫਾਲੇ ਦਾ ਤਾਂ 30 ਸਾਲ ਦਾ ਤਜਰਬਾ ਹੋ ਗਿਆ ਪੂਰਾ ਜੀ ਠੀਕ ਹੈ ਜੀ ਤੇ ਕਲਟੀਵੇਟਰ ਦਾ 15 ਸਾਲ ਦਾ ਤੇ ਆ ਇੱਕ ਕਲਟੀਵੇਟਰ ਦਾ ਫਾਲਾ ਹੈ ਜਿਹੜਾ ਨਵਾਂ ਆਪਾਂ ਨੂੰ 5 ਸਾਲ ਹੋ ਗਏ ਕੱਢੇ ਨੂੰ ਜੀ ਠੀਕ ਹੈ ਇਹ ਜ਼ਿਮੀਦਾਰ ਭਰਾਵਾਂ ਨੂੰ ਜਿਹੜੇ ਅੱਜ ਤੋਤੇ ਹਲ ਬਣਾਉਣੇ ਪੈਂਦੇ ਆ ਉਹ ਤੋਤੇ ਹਲ ਬਣਾਉਣ ਦੀ ਜਿਹਨੇ ਅੱਜ ਤਿਕਰ ਨਹੀਂ ਬਣਾਏ ਤਾਂ ਉਹਨੂੰ ਕੱਲ ਲੋੜ ਹੈ ਨਹੀਂ ਜੀ ਕਿਉਂਕਿ ਇਹ ਤੋਤੇ ਹਲਾਂ ਜਿੰਨਾ ਡੂੰਘਾ ਚੱਲਦਾ ਜੀ ਤੇ ਬਹੁਤ ਲਾਈਫ ਵੀ ਬਹੁਤ ਜ਼ਿਆਦਾ ਹੈ ਜੀ ਵੀ ਜੇ ਆਪਣੀ ਮਤਲਬ 40 35 40 ਕਿੱਲਿਆਂ ਦੀ ਵਾਈ ਹੈ ਤਾਂ 2 ਸਾਲ ਨਹੀਂ ਕੱਢਦੇ ਠੀਕ ਹੈ ਜੀ ਠੀਕ ਹੈ ਜੀ ਕਿੰਨੇ ਦਾ ਸੈੱਟ ਦੱਸਿਆ ਸੀਗਾ ਜੀ ਇਹ 3300 ਰੁਪਏ ਦੇ 11 ਜੀ ਤੇ 100 ਰੁਪਏ ਦਾ ਨਾਟ ਕਾਬਲਿਆਂ ਦਾ ਖਰਚਾ ਇਹਨਾਂ ਦਾ ਅਲੱਗ ਹੈ ਜੀ 3400 ਦੇ ਪੈਂਦੇ ਆ ਹਾਂਜੀ ਠੀਕ ਹੈ ਜੀ ਪਰ ਇਹ ਬਹੁਤ ਹੀ ਜ਼ਿਆਦਾ ਮਤਲਬ ਜ਼ਿਮੀਦਾਰਾਂ ਕੋਲੇ ਪੰਜਾਬ ਹਰਿਆਣਾ ਰਾਜਸਥਾਨ ਆਪਣਾ ਜਿਹੜਾ ਕਿ ਤੋਤੇ ਹਾਲਾਂ ਤੋਂ ਕਾਫੀ ਜ਼ਿਮੀਦਾਰਾਂ ਨੇ ਇਸ ਨੂੰ ਸਮਝਿਆ ਵੀ ਸਾਨੂੰ ਤੋਤੇ ਹਾਲਾਂ ਦੀ ਲੋੜ ਨਹੀਂਗੀ ਠੀਕ ਹੈ ਜੀ ਆਪਣਾ ਜਿਹੜਾ ਕੰਮ ਆ ਬਾਈ ਸਪੈਸ਼ਲ ਫਾਲਿਆਂ ਦਾ ਹੀ ਆ ਕਿ ਨਾਲ ਹੋਰ ਕੋਈ ਕੰਮ ਕਰਦੇ ਆ ਸਪੈਸ਼ਲ ਫਾਲਿਆਂ ਦਾ ਹੀ ਹੈ ਠੀਕ ਹੈ ਜੀ ਮਤਲਬ ਅਸੀਂ 5-7 ਬੰਦੇ ਆ ਜਿਹੜੇ ਸਾਰਾ ਦਿਨ ਫਾਲੇ ਹੀ ਬਣਾਉਨੇ ਆ ਤੇ ਉਹਦੇ ਜੇ ਹੁੰਦਾ ਸਾਨੂੰ ਵੀ ਗਾ ਸੀਜ਼ਨ ਦੇ ਵਿੱਚ ਫਿਰ ਜਦੋਂ ਲੋੜ ਪੈਂਦੀ ਆ ਉਦੋਂ ਦਿੱਕਤ ਨਹੀਂ ਆਉਂਦੀ ਠੀਕ ਹੈ ਜੀ ਹਾਂਜੀ ਹਾਂਜੀ ਜੇ ਕਿਸੇ ਆਪਣੇ ਭਰਾ ਨੇ ਆਪਣੇ ਵਰਕਸ਼ਾਪ ਤੇ ਵਿਜ਼ਿਟ ਕਰਨਾ ਹੋਵੇ ਐਡਰੈਸ ਜ਼ਰੂਰ ਸਾਂਝਾ ਕਰਦਾ ਜੀ ਹਾਂਜੀ ਆਪਣਾ ਐਡਰੈਸ ਹੈਗਾ ਜੀ ਕਰਨਪੁਰ ਰੋਡ ਸ੍ਰੀ ਗੰਗਾਨਗਰ ਜੀ ਮਿਸਤਰੀ ਮਕੰਦ ਕੋਠੇ ਵਾਲਾ ਸਪੈਸ਼ਲ ਚੌੜੇ ਫਾਲੇ ਸ੍ਰੀ ਗੰਗਾਨਗਰ ਠੀਕ ਹੈ ਜੀ ਹਾਂਜੀ ਆ ਦੂਜੇ ਪਾਸੇ ਦਾ ਐਡਰੈਸ ਹੈ ਸੋ ਦੋਸਤੋ ਬਾਈ ਹੋਰਾਂ ਦਾ ਨੰਬਰ ਡਿਸਪਲੇ ਤੇ ਚੱਲ ਰਿਹਾ ਕਿਸੇ ਵੀ ਭਰਾ ਨੇ ਕਿਸੇ ਵੀ ਤਰ੍ਹਾਂ ਦੇ ਫਾਲੇ ਖਰੀਦਨੇ ਹੋਣ ਤਾਂ ਬਾਈ ਕਹਿੰਦਾ ਵੀ ਆਪਣਾ 30 ਸਾਲ ਦਾ ਤਜਰਬਾ ਆਪਾਂ ਪਿਛਲੇ ਦਿਨ ਜਿਹੜਾ ਫਰੀਦਕੋਟ ਮੇਲਾ ਸੀਗਾ ਉੱਥੇ ਹੀ ਬਾਈ ਦੀ ਵੀਡੀਓ ਪਾਈ ਸੀ ਤੇ ਬਹੁਤ ਸਾਰਾ ਲੋਕਾਂ ਵੱਲੋਂ ਪਿਆਰ ਮਿਲਿਆ ਕਿਉਂਕਿ ਕਈ ਭਰਾਵਾਂ ਕੋਲੇ ਬਾਈ ਦਾ ਜਿਹੜਾ ਫੋਨ ਨੰਬਰ ਨਹੀਂ ਸੀਗਾ ਤੇ ਤਾਂ ਕਰਕੇ ਉਹਨਾਂ ਭਰਾਵਾਂ ਨੂੰ ਜਿਹੜਾ ਫੋਨ ਨੰਬਰ ਮਿਲ ਗਿਆ ਕਿਉਂਕਿ ਕਾਫੀ ਟਾਈਮ ਤੋਂ ਜਿਹੜੇ ਆਪਣੇ ਕਿਸਾਨ ਭਰਾ ਬਾਈ ਹੋਰਾਂ ਦੇ ਫਾਲੇ ਵਰਤ ਰਹੇ ਆ ਤਾਂ ਉਹਨਾਂ ਦੀ ਵੀ ਕਮੈਂਟਾਂ ਦੇ ਵਿੱਚ ਰਾਇ ਸੀਗੀ ਕਿ ਬਾਈ ਬਹੁਤ ਵਧੀਆ ਜਿਹੜਾ ਬਾਈ ਦਾ ਸਾਫ਼ ਸੁਥਰਾ ਕੰਮ ਆ ਸੋ ਕਿਸੇ ਵੀ ਆਪਣੇ ਭਰਾ ਨੂੰ ਕਿਸੇ ਵੀ ਤਰ੍ਹਾਂ ਦੇ ਫਾਲੇ ਚਾਹੀਦੇ ਹੋਣ ਤਾਂ ਤੁਸੀਂ ਆਨਲਾਈਨ ਵੀ ਬਾਈ ਤੋਂ ਮੰਗਵਾ ਸਕਦੇ ਹੋ ਫੋਨ ਪੇ ਕਰਕੇ ਗੂਗਲ ਪੇ ਕਰਕੇ ਆਪਣੀ ਪੇਮੈਂਟ
ਤੇ ਬੱਸ ਰਾਹੀਂ ਜਿਹੜੀ ਬਾਈ ਹੋਰੀ ਭੇਜ ਦਿੰਦੇ ਆ ਤੇ ਇਹ ਬਾਈ ਕੋਲੇ ਫਾਲੇ ਸੀਗੇ ਜੇ ਕਿਸੇ ਵੀ ਭਰਾ ਨੇ ਫਾਲੇ ਖਰੀਦਣੇ ਹੋਣ ਤਾਂ ਬਾਈ ਦਾ ਨੰਬਰ ਡਿਸਪਲੇ ਤੇ ਚੱਲ ਰਿਹਾ ਤੇ ਤੁਸੀਂ ਕਰ ਲਿਓ ਕਾਲ।